ममदोड़ की मुख्य अनाज मंडी विच लगे बोरियां दे अंबार नहीं हो रही लिफ्टिंग लिफ्टिंग ना होण करके 24 घंटियां विच खरीदी हुई फसल दे नहीं आ रहे पैसे सरकार दे दावे हुए खोखले। पंजाब सरकार वल्लों किसानां नूं इस बार मंडी विच कोई मुश्किल ना आउण दे दावे कीते गए सी अते झोने की पेमेंट 24 घंटियां विच आ किसानां दे खात्यां विच आउण दा वादा कीता गया सी पर असलियत कुछ होर ही है। अज जदों ममदोड़ तो पत्रकार लक्ष्मण संधू ने ममदोड़ की मुख दाणा मंडी विच किसानां नाल गल्लबात की तो उन्हें कहा कि सानू मंडी विच झोना लेके आया नूं एक हफ्ते तो उपर का समा हो गया है विके हुए झोने की लिफ्टिंग ना होण करके कोई पेमेंट नहीं हुई। उधर जदों फोन ते पनग्रेन के इंस्पैक्टर प्रदीप बब्बर नाल फोन ते गल्लबात की तो उन्हें कहा कि ट्रक ऑपरेटरां दा लोडिंग नूं लैके कुछ रौला चल रहा है जिस संबंधी डिप्टी कमिश्नर फिरोजपुर नाल गल्लबात हो गई है तो कल तो झोने की लिफ्टिंग शुरू हो जाएगी। हेलो हाँ जी ये प्रदीप बब्बर जी हाँ जी हाँ जी मेरे नाल इस वार लाइन जुड़ गए प्रदीप बब्बर जी जो पनग्रेन के इंस्ट्रक्टर ने ममदोड़ दाणा मंडी विच। हाँ जी प्रदीप जी लक्ष्मण संधु बोल रहे हैं जी पत्रकार ममदोड़ तो जी हाँ जी प्रदीप जी एक काफी दिनों का माल तुसीं ते परचेज किया 4 तरीक का लगभग पर माल की लिफ्टिंग नहीं हुई जी माल उवें मंडियां विच पिया जी की कारण जी क्यों नहीं लिफ्टिंग हो रही जी। ਜਿਹੜਾ ਟਰਾਂਸਪੋਰਟ ਦੀ ਜਿਹੜੀ ਪੋਲਿਸੀ ਹੈ ਨਾ ਜੀ ਸਰ ਉਹਨਾਂ ਦੇ 32 ਟਰੱਕ ਯੂਨੀਅਨ ਅਤੇ ਆਪਣਾ ਹੈ ਇਹਨਾਂ ਦਾ ਕੋਈ ਡਾਕੂਮੈਂਟਸ ਦਾ ਅੱਛਾ ਜੀ ਅਤੇ ਉਹ ਅੱਜ ਕੱਲ੍ਹ ਡੀਸੀ ਨਾਲ ਹੋਈ ਸੀ ਮੀਟਿੰਗ ਸਾਰੇ ਸਟਾਫ ਦੀ ਅਤੇ ਟਰੱਕ ਯੂਨੀਅਨ ਦੀ ਜੀ ਉਹਦੇ ਕਾਫੀ ਹੱਦ ਤੱਕ ਸੋਲਵ ਹੋ ਰਿਹਾ ਅਤੇ ਅੱਜ ਨਹੀਂ ਤਾਂ ਸਵੇਰੇ ਲਿਫਟਿੰਗ ਸ਼ੁਰੂ ਹੋ ਜਾਵੇ। ਅੱਛਾ ਜੀ ਅੱਜ ਤਾਂ ਪੋਸੀਬਲ ਨਹੀਂ ਸੁਬਾਹ ਸ਼ੁਰੂ ਹੋ ਜਾਵੇ चार दिन बंदे बैठे जोधपुर मैं 33 झोना लेके आया ਅਤੇ ਕੁਛ ਮੇਰਾ ਮਾਲ ਤੁੱਲ ਗਿਆ ਕੁਛ ਪਿਆ ਹੈ ਉਹ ਦੂਜਾ ਤੁੱਲਣ ਵਾਲਾ ਪਿਆ ਹੈ ਕਿ ਸਰਕਾਰ ਨੂੰ ਬੇਨਤੀ ਕੀਤੀ ਜਾਂਦੀ ਜਿਹੜਾ ਤੁੱਲਿਆ ਉਹਦੀ ਲਿਫਟਿੰਗ ਨਹੀਂ ਹੋਈ ਅਜੇ ਤੱਕ ਕਿੰਨਾ ਕੋਈ ਪੇਮੈਂਟ ਆਈ ਜ਼ਿਮੀਂਦਾਰ ਨੂੰ ਸਰਕਾਰ ਤੋਂ ਕੀ ਮੰਗ ਕਰ ਸਰਕਾਰ ਤੋਂ ਮੰਗ ਸਰਕਾਰ ਅੱਗੇ ਬੇਨਤੀ ਕਰਦੇ ਹਾਂ ਕਿ ਸਾਡਾ ਜਲਦੀ ਤੋਂ ਜਲਦੀ ਝੋਨਾ ਚੱਕਿਆ ਜਾਵੇ ਅਤੇ ਪੇਮੈਂਟ ਸਾਡੇ ਖਾਤੇ ਨੂੰ ਪਾਈ ਪਾ ਦਿੱਤੀ ਜਾਵੇ। ਸਿੰਘ ਪਿੰਡ ਜੋਧਪੁਰ ਅਤੇ ਸਾਨੂੰ ਸਰਕਾਰ ਬੜੇ ਦਾਅਵੇ ਕਰਦੀ ਸੀ ਵੀ ਤੁਸੀਂ ਝੋਨਾ ਅਸੀਂ 24 ਘੰਟਿਆਂ ਵਿੱਚ ਝੋਨਾ ਚੁੱਕਾਂਗੇ ਅਤੇ ਤੁਹਾਡੀ ਪੇਮੈਂਟ ਆਉਣ ਨਾਲ ਆਵੇਗੀ। ਸਾਡਾ ਸਾਰਾ ਮੰਡੀ ਦਾ ਮਾਲ ਵਿੱਚ ਰੁਕਿਆ ਪਿਆ ਕੋਈ ਥਾਂ ਪਲਟਣ ਨੂੰ ਹੈ ਨਹੀਂ ਲਿਫਟ ਵਿੱਚ ਜੁੜੀ ਜਾਂਦੀ ਮਾਲ ਆਈ ਜਾਂਦਾ ਅੱਗੋਂ ਮਾਲ ਚਕੀਚੇ ਅਤੇ ਫਿਰ ਜ਼ਿਮੀਂਦਾਰ ਕੋਈ ਅੱਡੇ ਬੰਨੇ ਲੱਗੇ ਉੱਤੋਂ ਦੀਵਾਲੀ ਆਉਣ ਵਾਲੀ ਮਾਲ ਸਾਡਾ ਜਿਉਂ ਦਾ ਤਿਉਂ ਗੱਠਾਂ ਲਾ ਕੇ ਜੁੜੀ ਜਾਂਦੀ ਲੇਬਰ ਅਤੇ ਜ਼ਿਮੀਂਦਾਰ ਪਰੇਸ਼ਾਨ ਔਰ ਆੜ੍ਹਤਿਆਂ ਵੀ ਵਿੱਚ ਫਸਿਆ। ਸਰਕਾਰ ਕਹਿੰਦੀ ਕਹਿੰਦੀ ਸੀ 24 ਘੰਟਿਆਂ ਵਿੱਚ ਅਸੀਂ ਚੁੱਕ ਕੇ ਅਤੇ ਪੇਮੈਂਟ ਦਿਆਂਗੇ ਸਾਨੂੰ ਅਜੇ ਤੱਕ ਕੋਈ ਪੇਮੈਂਟ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਅੱਜ ਹਫ਼ਤਾ ਹੋ ਗਿਆ ਅਸੀਂ ਮੰਡੀ ਦੇ ਵਿੱਚ ਸਰਕਾਰ ਨੇ ਜਿਹੜੇ ਕਿਸਾਨਾਂ ਨਾਲ ਵਾਅਦੇ ਕੀਤੇ ਸਰਕਾਰ ਨੇ ਕਿਸਾਨਾਂ ਨਾਲ ਵਾਅਦਾ ਕੀਤਾ ਇੱਕ ਸਰਕਾਰ ਵੀ ਪੂਰਾ ਨਹੀਂ ਕੀਤਾ।